ਇਹ ਜੀ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਸਿਵਲ ਲਾਈਨਸ ਵਿਖੇ 23 ਤਰੀਕ ਦੀ ਰਾਤ ਅਤੇ 24 ਤਰੀਕ ਦੀ ਸਵੇਰ ਨੂੰ ਦਰਮਿਆਨੀ ਰਾਤ ਨੂੰ ਦੋ ਸਟੂਡੈਂਟਸ ਜਿਨ੍ਹਾਂ ਵਿੱਚ ਇੱਕ ਤਾਂ ਨਾਮ ਲਵਪ੍ਰੀਤ ਸਿੰਘ, ਪੁੱਤਰ ਸੁਰਜੀਤ ਸਿੰਘ, ਦੂਸਰਾ ਨਿਤਿਨ, ਇਹ ਪਿੰਡ ਅਲੀਵਾਲ ਜ਼ਿਲ੍ਹਾ ਫਾਜ਼ਿਲਕਾ ਦੇ ਰਹਿਣ ਵਾਲੇ ਨੇ। ਇਹ ਉਸੇ ਦਿਨ ਇਹਨਾਂ ਦਾ ਦਿੱਲੀ ਪੁਲਿਸ ਦਾ ਰਿਕਰੂਟਮੈਂਟ ਦਾ ਕੋਈ ਇਗਜ਼ਾਮ ਸੀ ਅਤੇ ਇਗਜ਼ਾਮ ਦੇ ਸੰਬੰਧ ਵਿੱਚ ਇਹ ਅੰਮ੍ਰਿਤਸਰ ਆਏ ਹੋਏ ਸਨ। ਜਦੋਂ ਇਹ ਰਾਤ ਨੂੰ ਕਰੀਬ 1:30 ਵਜੇ ਦਰਬਾਰ ਸਾਹਿਬ ਮੱਥਾ ਟੇਕਣ ਜਾਣ ਲਈ ਪੈਦਲ ਜਾ ਰਹੇ ਸੀ ਅਤੇ ਜਦੋਂ ਭੰਡਾਰੀ ਪੁਲ ਦੇ ਨੀਚੇ ਪਹੁੰਚਦੇ ਹਨ ਤਾਂ ਉੱਥੇ 3 ਅਣਪਛਾਤੇ ਨੌਜਵਾਨ ਇਹਨਾਂ ਦੇ ਕੋਲ ਆਉਂਦੇ ਹਨ ਅਤੇ ਇਹਨਾਂ ਨੂੰ ਦਾਤਰ ਦੀ ਨੋਕ 'ਤੇ ਇਹਨਾਂ ਦੇ ਹੱਥ 'ਤੇ ਦਾਤਰ ਨਾਲ ਵਾਰ ਵੀ ਕਰਦੇ ਹਨ ਅਤੇ ਇਹਨਾਂ ਕੋਲੋਂ ਦੋਨਾਂ ਕੋਲੋਂ 2 ਫੋਨ ਅਤੇ ਉੱਥੋਂ ਖੋ ਕੇ ਫਰਾਰ ਹੋ ਜਾਂਦੇ ਨੇ। ਜਿਸ ਤੋਂ ਬਾਅਦ ਜਦੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤਾਂ ਸਾਡੇ SHO ਸਿਵਲ ਲਾਈਨਸ ਅਤੇ ਉਹਨਾਂ ਦੀ ਟੀਮ ਤੁਰੰਤ ਹਰਕਤ ਵਿੱਚ ਆਉਂਦੇ ਹਨ ਅਤੇ ਜਦੋਂ ਅਸੀਂ ਟੈਕਨੀਕਲ ਸਾਧਨਾਂ ਦੇ ਆਧਾਰ 'ਤੇ ਇਹਨਾਂ ਦਾ ਪਿੱਛਾ ਕੀਤਾ, ਜੋ ਵੀ ਸਾਨੂੰ ਮੁੱਢਲੀ ਇਨਫੋਰਮੇਸ਼ਨ ਸੀ, ਤਾਂ 2 ਘੰਟੇ ਦੇ ਅੰਦਰ ਅੰਦਰ ਅਸੀਂ ਜੋ ਇਸ ਵਿੱਚ ਮੇਨ ਦੋਸ਼ੀ ਆ, ਜਿਸ ਦਾ ਨਾਮ ਭੁਪਿੰਦਰ ਸਿੰਘ, ਪੁੱਤਰ ਬਹਾਦਰ ਸਿੰਘ, ਰਹਿਣ ਵਾਲਾ ਮੋਕਮਪੁਰਾ ਬਟਾਲਾ ਰੋਡ ਅੰਮ੍ਰਿਤਸਰ, ਇਸ ਨੂੰ ਅਸੀਂ ਅਰੈਸਟ ਕਰਨ ਵਿੱਚ ਕਾਮਯਾਬ ਹੁੰਦੇ ਹਾਂ ਅਤੇ ਇਸ ਕੋਲੋਂ ਜੋ ਦੋਨੋਂ ਖੋਏ ਗਏ ਮੋਬਾਈਲ ਫੋਨ ਨੇ, ਇੱਕ ਮੋਬਾਈਲ ਫੋਨ Y20i ਅਤੇ ਦੂਸਰਾ OPPO 15, ਇਹ ਦੋਨੋਂ ਮੋਬਾਈਲ ਫੋਨ ਜੋ ਖੋਹ ਕੀਤੇ ਗਏ ਬਰਾਮਦ ਹੋ ਜਾਂਦੇ ਹਨ ਅਤੇ ਜੋ ਦੂਸਰਾ ਇਹਨਾਂ ਨੇ ਵਾਰਦਾਤ ਵਿੱਚ ਵਰਤਿਆ ਗਿਆ ਦਾਤਰ ਆ ਉਹ ਵੀ ਉਸ ਕੋਲੋਂ ਰਿਕਵਰ ਹੋ ਜਾਂਦਾ। ਸੋ ਇਸ ਜੋ ਇੱਕ ਦੋਸ਼ੀ ਆ ਉਸਦੀ ਅਸੀਂ ਅਰੈਸਟ ਪਾ ਲਈ ਆ, ਜੋ ਦੂਸਰੇ 2 ਦੋਸ਼ੀ ਆ ਉਹਨਾਂ ਵਾਸਤੇ ਅਸੀਂ ਇਸਦਾ ਪੁਲਿਸ ਰਿਮਾਂਡ ਲਿਆ ਵਾ। ਪੁਲਿਸ ਰਿਮਾਂਡ ਦੇ ਦੌਰਾਨ ਇਸ ਤੋਂ ਦੋਨੋਂ ਦੋਸ਼ੀਆਂ ਬਾਰੇ ਡਿਟੇਲ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦੀ ਦੋਨੋਂ ਦੋਸ਼ੀਆਂ ਨੂੰ ਅਰੈਸਟ ਕਰਕੇ ਜੋ ਵਾਰਦਾਤ ਵਿੱਚ ਵਰਜਿਆ ਗਿਆ ਮੋਟਰਸਾਈਕਲ ਆ ਉਹ ਰਿਕਵਰ ਕੀਤਾ ਜਾਊਗਾ ਅਤੇ ਦੋਨੋਂ ਦੋਸ਼ੀਆਂ ਨੂੰ ਅਰੈਸਟ ਕੀਤਾ ਜਾਊਗਾ। ਜੋ ਇਹ ਮੇਨ ਦੋਸ਼ੀ ਆ ਇਸ ਦੇ ਖਿਲਾਫ਼ ਪਹਿਲਾਂ ਵੀ NDPS ਦੇ ਚੋਰੀ ਦੇ, ਸਨੈਚਿੰਗ ਦੇ, ਐਕਸਾਈਜ਼ ਐਕਟ ਦੇ ਅਲੱਗ ਅਲੱਗ 5 ਮੁਕੱਦਮੇ ਦਰਜ ਨੇ। ਸੋ ਇਸ ਦਾ ਕ੍ਰਿਮੀਨਲ ਬੈਕਗ੍ਰਾਊਂਡ ਹੈ ਅਤੇ ਇਹ ਜੀ ਕਿਉਂਕਿ ਸਟੂਡੈਂਟਸ ਇਸ ਟਾਈਮ ਰਾਤ ਨੂੰ ਪੈਦਲ ਘੁੰਮ ਰਹੇ ਸਨ, ਸੋ ਇੱਕ ਤਰੀਕੇ ਨਾਲ ਉਹਨਾਂ ਲਈ ਈਜ਼ੀ ਟਾਰਗੇਟਸ ਬਣ ਗਏ। ਸੋ ਇਹ ਰੈਂਡਮ ਇੱਕ ਤਰ੍ਹਾਂ ਨਾਲ ਕੀਤਾ ਗਿਆ, ਕੋਈ ਪਲੈਨਿੰਗ ਦੇ ਤਹਿਤ ਨਹੀਂ। ਸੋ ਇਹਨਾਂ ਨੂੰ ਟਾਰਗੇਟ ਕੀਤਾ ਕਿਉਂਕਿ ਪੈਦਲ ਘੁੰਮ ਰਹੇ ਸਨ ਅਤੇ ਦੂਸਰਾ ਜਦੋਂ ਉਹਨਾਂ ਤੋਂ ਮੋਬਾਈਲ ਫੋਨ ਮੰਗੇ ਤਾਂ ਇਹਨਾਂ ਕੋਲ ਦਾਤਰ ਵੀ ਸੀ, ਦਾਤਰ ਨਾਲ ਵਾਰ ਵੀ ਕੀਤਾ, ਜਿਸ ਕਾਰਨ ਡਰਦੇ ਮਾਰੇ ਉਹਨਾਂ ਨੇ ਮੋਬਾਈਲ ਫੋਨ। ਕੋਈ ਜ਼ਿਆਦਾ ਸਟਰਗਲ ਨਹੀਂ ਹੋਇਆ, ਬਟ ਇੱਕ ਵਾਰ ਵਾਰ ਕੀਤਾ ਗਿਆ ਜੋ ਉਸਦੇ ਹੱਥ 'ਤੇ ਲੱਗਾ, ਜਿਸ ਕਰਕੇ ਜੋ ਅਸੀਂ ਮੁਕੱਦਮਾ ਰਜਿਸਟਰ ਕੀਤਾ ਉਹ 379B2 ਦੇ ਤਹਿਤ ਕੀਤਾ, ਜਿਹਦੇ ਵਿੱਚ ਸਜ਼ਾ ਘੱਟੋ ਘੱਟ 10 ਸਾਲ ਆ ਜੀ। ਬਿਲਕੁਲ ਜੀ, ਇਹ ਨਸ਼ੇ ਦੇ ਆਦੀ ਨੇ ਜੀ ਅਤੇ ਪਹਿਲਾਂ ਵੀ ਕਈ ਵਾਰਦਾਤਾਂ ਕੀਤੀਆਂ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਜੋ ਪਹਿਲਾ ਦੋਸ਼ੀ ਅਸੀਂ ਅਰੈਸਟ ਕੀਤਾ ਵਾ ਇਸ ਦੇ ਖਿਲਾਫ਼ ਪਹਿਲਾਂ ਵੀ NDPS ਐਕਸਾਈਜ਼ ਐਕਟ, ਚੋਰੀ, ਸਨੈਚਿੰਗ ਦੇ ਤਹਿਤ ਅਲੱਗ ਅਲੱਗ 5 ਮੁਕੱਦਮੇ ਦਰਜ ਨੇ। ਸੋ ਬਾਕੀ ਇਹਦੇ ਤੋਂ ਡਿਟੇਲ 'ਚ ਕੋਸ਼ਿਸ਼ ਕੀਤੀ ਜਾ ਰਹੀ ਆ ਅਤੇ ਸਾਨੂੰ ਪੂਰੀ ਉਮੀਦ ਆ ਕਿ ਹੋਰ ਵੀ ਕਈ ਵਾਰਦਾਤਾਂ ਜੋ ਇਹਨਾਂ ਨੇ ਕੀਤੀਆਂ ਹੋ ਸਕਦੀਆਂ ਨੇ ਉਹ ਟਰੇਸ ਹੋਣਗੀਆਂ ਅਤੇ ਹੋਰ ਵੀ ਰਿਕਵਰੀ ਹੋਣ ਦੀ ਡਿਊਰਿੰਗ ਰਿਮਾਂਡ ਪੂਰੀ ਉਮੀਦ ਆ ਜੀ। ਜੋ ਉਸ ਦਿਨ ਇਹਨਾਂ ਨੇ ਇੱਕ ਹੋਰ ਵਾਰਦਾਤ ਸਾਹਮਣੇ ਆਈ ਹੈ ਜੋ ਇਹਨਾਂ ਨੇ ਸਨੈਚਿੰਗ ਕੀਤੀ ਹੈ ਉਸਦੇ ਬਾਰੇ ਹਜੇ ਡਿਟੇਲ 'ਚ ਪੁੱਛਗਿੱਛ ਕਰ ਰਹੇ ਹਾਂ। ਪੁੱਛਗਿੱਛ ਕਰਨ ਤੋਂ ਬਾਅਦ ਅਗਰ ਰਿਕਵਰੀ ਹੁੰਦੀ ਆ ਤਾਂ ਜੋ ਸੰਬੰਧਿਤ ਥਾਣਾ ਉਹਨੂੰ ਇਨਫੋਰਮ ਕੀਤਾ ਜਾਊਗਾ ਤਾਂ ਕਿ ਉਸ ਮੁਕੱਦਮੇ ਦੇ ਵਿੱਚ ਵੀ ਇਹਨਾਂ ਦੀ ਅਰੈਸਟ ਪਾਈ ਜਾਊਗੀ।